ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਸਥਿਤ ਹੈ ਅਤੇ ਵਿੱਦਿਆ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਵਧੀਆ ਕਲਾਸਰੂਮਸ, ਟਰਾਂਸਪੋਰਟ ਫੈਸਿਲਿਟੀਜ਼, ਹਾਈਲੀ ਐਜੂਕੇਟਿਡ ਫੈਕਲਟੀ ਆਦਿ ਸੁਵਿਧਾਵਾਂ ਉਪਲਬਧ ਹਨ। ਜਿਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਜਗਤਾਰ ਸਿੰਘ ਧੀਮਾਨ ਜੀ ਨੇ ਕਿਹਾ ਕਿ ਪਿਆਰੇ ਦਰਸ਼ਕੋ, ਮੈਂ ਡਾਕਟਰ ਜਗਤਾਰ ਸਿੰਘ ਧੀਮਾਨ, ਰਜਿਸਟਰਾਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਤੁਹਾਡੇ ਸਾਰਿਆਂ ਦੇ ਨਾਲ ਮੁਖਾਤਬ ਹਾਂ। ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡੇ ਦੇ ਵਿੱਚ ਸਥਿਤ ਹੈ, ਜਿਹੜੀ ਕਿ ਸਬਦੂਲਗੜ੍ਹ ਰੋਡ ਦੇ ਉੱਤੇ ਹੈ। ਔਰ ਇਸ ਯੂਨੀਵਰਸਿਟੀ ਦਾ ਇਸ ਇਲਾਕੇ ਦੇ ਵਿਕਾਸ ਦੇ ਵਿੱਚ, ਇਸ ਇਲਾਕੇ ਦੇ ਜਿਹੜਾ ਵਿੱਦਿਅਕ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਔਰ ਇਸ ਗੁਰੂ ਕਾਸ਼ੀ ਨੂੰ ਇਹ ਵਰਦਾਨ ਹੈ ਕਿ ਇੱਥੇ ਵਿੱਦਿਆ ਦਾ ਬਹੁਤ ਵੱਡਾ ਵਿਕਾਸ ਹੋਏਗਾ, ਔਰ ਹੋਇਆ ਵੀ। ਸਮੇਂ ਦੇ ਨਾਲ ਨਾਲ ਦੇਖਿਆ ਗਿਆ ਕਿ ਜਿਹੜਾ ਇਲਾਕਾ ਆਪਾਂ ਇਸ ਦੱਖਣ ਪੱਛਮ ਪੰਜਾਬ ਦਾ ਕਿਸੇ ਵੇਲੇ ਸਮਝਦੇ ਸੀ ਕਿ ਵਿੱਦਿਆ ਦੇ ਪੱਖੋਂ ਥੋੜ੍ਹਾ ਜਿਹਾ ਪਿੱਛੇ ਰਹਿ ਗਿਆ ਹੈ, ਉਹ ਹੁਣ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਉਹ ਇੱਕ ਐਜੂਕੇਸ਼ਨਲ ਹੱਬ ਬਣ ਕੇ ਉੱਭਰ ਰਿਹਾ ਹੈ। ਗੁਆਂਢੀ ਜਿਹੜੇ ਮੁਲਕ ਹੈਗੇ ਹੈ, ਚਾਹੇ ਉਹ ਭੂਟਾਨ ਹੈ, ਚਾਹੇ ਉਹ ਨੇਪਾਲ ਹੈ, ਚਾਹੇ ਉਹ ਸ਼੍ਰੀਲੰਕਾ ਹੈ, ਉੱਥੋਂ ਵੀ ਵਿਦਿਆਰਥੀ ਜਿਹੜੇ ਸਾਡੇ ਇੱਥੇ ਆਉਂਦੇ ਹੈ। ਔਰ ਸਾਡੇ ਜਿਹੜੇ ਪ੍ਰੋਗਰਾਮ ਇਸ ਤਰ੍ਹਾਂ ਦੇ ਹੈਗੇ ਆ ਕਿ ਸਾਡੇ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਸਾਡੇ ਜਿਹੜੇ ਆਪਸ 'ਚ ਬਹੁਤ ਵੱਡਾ ਸੰਪਰਕ ਹੈਗਾ। ਕੈਨੇਡਾ ਦੇ ਨਾਲ ਸਾਡੇ ਵਿਸ਼ੇਸ਼ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਚੱਲਦੇ ਆ। ਇਸ ਯੂਨੀਵਰਸਿਟੀ ਦੇ ਵਿੱਚ 12 ਜਿਹੜੇ ਕੰਸਟੀਚੁਐਂਟ ਕਾਲਜਿਸ ਹੈ, ਔਰ ਜਿਹੜੇ ਕਿ ਬੜੇ 94 ਵਿਸ਼ਿਆਂ ਦੇ ਉੱਤੇ ਵਿੱਦਿਆ ਜਿਹੜੀ ਵਿਦਿਆਰਥੀਆਂ ਨੂੰ ਪ੍ਰਦਾਨ ਕਰਦੇ ਆ। ਔਰ ਸਾਰੇ ਪ੍ਰੋਗਰਾਮ ਦੇ ਜਿਹੜੇ ਕੋਰਸ ਕੰਟੈਂਟ ਉਹ ਇਸ ਤਰ੍ਹਾਂ ਬਣਾਏ ਜਾਂਦੇ ਆ ਕਿ ਅੰਤਰਰਾਸ਼ਟਰੀ ਜਿਹੜੀ ਮਾਰਕੀਟ ਹੈ ਔਰ ਕਾਰਪੋਰੇਟ ਸੈਕਟਰ ਹੈ, ਉਸ ਦੀਆਂ ਲੋੜਾਂ ਦੇ ਮੁਤਾਬਕ ਆਪਣੇ ਵਿਦਿਆਰਥੀ ਨੂੰ ਤਿਆਰ ਕਰਾਉਣ ਵਾਸਤੇ ਅਸੀਂ ਪੂਰਾ ਭਰਪੂਰ ਯੋਗਦਾਨ ਜਿਹੜੀ ਯੂਨੀਵਰਸਿਟੀ ਵੱਲੋਂ ਪਾਇਆ ਜਾ ਰਿਹਾ ਹੈ। ਔਰ ਇਸ ਤੋਂ ਇਲਾਵਾ ਜਿਹੜੀ ਵਿੱਦਿਆ ਗ੍ਰਹਿਣ ਕਰਦੇ ਸਾਡੇ ਵਿਦਿਆਰਥੀ, ਉਹਨਾਂ ਦੀ ਪਲੇਸਮੈਂਟ ਚੰਗੀ ਹੋਵੇ, ਅਸੀਂ ਵਿਸ਼ੇਸ਼ ਧਿਆਨ ਦਿੰਦੇ ਹਾਂ ਕਿ ਉਹਨਾਂ ਨੂੰ ਚੰਗੀਆਂ ਨੌਕਰੀਆਂ ਮਿਲਣ ਔਰ ਉਹ ਜ਼ਿੰਦਗੀ ਦੇ ਜਿਹੜੇ ਸੁਪਨੇ ਉਹਨਾਂ ਨੇ ਸਿਰਜੇ ਹੁੰਦੇ ਆ ਉਹ ਪੂਰੇ ਹੋਣ। ਸਾਡੇ ਜਿਹੜੇ ਵਿਦਿਆਰਥੀ ਕੁਆਲੀਫਾਈ ਕਰਦੇ ਆ, ਉਹਨਾਂ ਦੀਆਂ ਗਰੁੱਪ ਡਿਸਕਸ਼ਨਸ ਹੁੰਦੀਆਂ, ਉਹਨਾਂ ਦੀਆਂ ਇੰਟਰਵਿਊਜ਼ ਹੁੰਦੀਆਂ, ਔਰ ਸਾਡੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੀ ਜਿਹੜੀ ਪਲੇਸਮੈਂਟ ਰਿਕਾਰਡ ਬਹੁਤ ਅੱਛਾ ਹੈ। ਇਸ ਤੋਂ ਇਲਾਵਾ ਸਾਡੇ ਜਿਹੜੇ ਅਧਿਆਪਕ ਹੈਗੇ ਆ, ਅਸੀਂ ਬੜੇ 94 ਅਧਿਆਪਕ ਰੱਖੇ ਆ, ਹਾਈਲੀ ਕੁਆਲੀਫਾਈਡ। ਸਾਡੇ ਕੋਲ ਹੈ ਫੈਸਿਲਿਟੀਜ਼ ਹੈਗੀਆਂ ਸਪੋਰਟਸ ਦੀਆਂ ਅਤੇ ਗੇਮਸ ਦੀਆਂ, ਔਰ ਸਾਡੇ ਕੋਲ ਜਿਹੜਾ ਹੈਗਾ ਜਿਮ ਹੈ, ਵਿਦਿਆਰਥੀ ਵਿਹਲੇ ਟਾਈਮ 'ਤੇ ਉੱਥੇ ਜਾ ਕੇ ਆਪਣੇ ਆਪ ਨੂੰ ਵਰਜਿਸ਼ ਕਰਦੇ, ਆਪਣੇ ਸਰੀਰਕ ਤੌਰ 'ਤੇ ਵੀ ਆਪਣਾ ਆਪ ਨੂੰ ਰਿਸ਼ਟ ਪੁਸ਼ਟ ਰੱਖਣ ਦੀ ਕੋਸ਼ਿਸ਼ ਕਰਦੇ ਆ। ਔਰ ਇਸ ਤੋਂ ਇਲਾਵਾ ਸਾਡਾ ਜਿਹੜਾ ਕਲਚਰਲ ਪ੍ਰਮੋਸ਼ਨ ਦੇ ਉੱਤੇ ਜ਼ੋਰ ਹੈ, ਵਿਦਿਆਰਥੀ ਜਿਹੜੇ ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ ਤੋਂ ਆਉਂਦੇ ਆ, ਉਹ ਆਪਣਾ ਆਪਣਾ ਸੱਭਿਆਚਾਰ ਨਾਲ ਲੈ ਕੇ ਆਉਂਦੇ ਆ। ਇੱਥੇ ਆਪਣਾ ਸੱਭਿਆਚਾਰ ਤਾਂ ਉਹ ਦਰਸਾਉਂਦੇ ਹੀ ਹੈ, ਪੰਜਾਬੀ ਸੱਭਿਆਚਾਰ ਦੇ ਨਾਲ ਰੂਬਰੂ ਹੁੰਦੇ ਆ, ਉਹਨਾਂ ਨੂੰ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਮਿਲਦਾ, ਕਿਸ ਤਰ੍ਹਾਂ ਅਸੀਂ ਇਕੱਠਿਆਂ ਰਹਿਣਾ, ਅਸੀਂ ਕਿਸ ਤਰ੍ਹਾਂ ਪਹਿਰਾਵਾ ਔਰ ਖਾਣਾ ਪੀਣਾ ਇੱਥੇ ਦਾ ਸਾਰਾ ਉਹਨਾਂ ਦੇ ਪਤਾ ਲੱਗਦਾ। ਇੱਕ ਤਰ੍ਹਾਂ ਦੀ ਮੋਜ਼ੇਕ ਕਲਚਰ ਜਿਹੜੀ ਹੈਗੀ ਹੈ, ਸਾਂਝੀ ਵਾਲਤਾ ਜਿਹੜੀ, ਉਹ ਸਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ। ਔਰ ਮੈਂ ਸਮਝਦਾ ਕਿ ਇਹ ਵਿਦਿਆਰਥੀ ਜਿਹੜੇ ਹੈ ਬਹੁਤ ਕੰਟੈਂਟਡ ਹੈਗੇ ਇੱਥੇ। ਇਸ ਤੋਂ ਇਲਾਵਾ ਸਾਡੇ ਕੋਲ ਵਿਦਿਆਰਥੀਆਂ ਦੇ ਰਹਿਣ ਲਈ ਸਹੂਲਤਾਂ ਹਨ, ਉਹਨਾਂ ਲਈ ਹੋਸਟਲਸ ਹਨ, ਲੜਕੀਆਂ ਲਈ ਅਲੱਗ ਹੋਸਟਲ ਹੈ, ਲੜਕਿਆਂ ਲਈ ਅਲੱਗ ਹੋਸਟਲਸ ਹੈ। ਜਿੱਥੋਂ ਤੱਕ ਲੜਕੀਆਂ ਦੀ ਗੱਲ ਹੈ ਕਿ ਉਹਨਾਂ ਲਈ ਪੂਰੀ ਜਿਹੜੀ ਸੁਰੱਖਿਆ ਦਾ ਪ੍ਰਬੰਧ ਹੈ, ਸਾਡੇ ਕੋਲ ਸਿਕਿਉਰਿਟੀ ਗਾਰਡ ਦਿਨੇ ਰਾਤ ਇੱਥੇ ਤਾਇਨਾਤ ਹੁੰਦੇ ਹੈ, ਔਰ ਕਿਸੇ ਤਰ੍ਹਾਂ ਦੀ ਅਜੇ ਤੱਕ ਕੋਈ ਸਾਡੇ ਕੋਲ ਕੋਈ ਵੀ ਅਨਸੁਖਾਵੀ ਘਟਨਾ ਅਜੇ ਤੱਕ ਨਹੀਂ ਇੱਥੇ ਹੋਈ। ਔਰ ਇਹ ਯੂਨੀਵਰਸਿਟੀ ਦਾ ਵਿਸ਼ੇਸ਼ ਤੌਰ ਦੇ ਉੱਤੇ ਮਾਣ ਹੈ ਯੂਨੀਵਰਸਿਟੀ ਨੂੰ। ਇਸ ਤੋਂ ਇਲਾਵਾ ਸਾਡਾ ਸਾਰਾ ਯੂਨੀਵਰਸਿਟੀ ਜਿਹੜੀ ਹੈ ਵਾਈਫਾਈ ਸਿਸਟਮ ਦੇ ਨਾਲ ਲੈਸ ਹੈ, ਵਿਦਿਆਰਥੀ ਇੰਟਰਨੈੱਟ ਵਰਤ ਕੇ, ਈਮੇਲਸ ਵਰਤ ਕੇ ਆਪਣੇ ਆਪ ਨੂੰ, ਆਪਣੀ ਵਿੱਦਿਆ ਨੂੰ ਜਿਹੜਾ ਹੈ ਹੋਰ ਅੱਗੇ ਤੋਰਦੇ ਹੈ। ਜੇ ਉਹਨਾਂ ਨੇ ਅਸਾਈਨਮੈਂਟਸ ਬਣਾਉਣੀਆਂ, ਉਹਨਾਂ ਨੂੰ ਹਰ ਤਰੀਕੇ ਦੇ ਨਾਲ ਸਹੂਲਤਾਂ ਇੱਥੇ ਹੈਗੀਆਂ। ਅਤੇ ਸਾਡੇ ਕੋਲ ਤਕਰੀਬਨ 8,000 ਬੱਚਾ ਇੱਥੇ ਪੜ੍ਹਦਾ, ਔਰ ਅਧਿਆਪਕ ਜਿਹੜੇ ਆ 400 ਦੇ ਕਰੀਬ ਹੈਗੇ ਆ। ਅਤੇ ਇਸ ਤੋਂ ਇਲਾਵਾ ਇੱਕ ਯੂਨੀਵਰਸਿਟੀ ਦੀ ਹੋਰ ਵਿਸ਼ੇਸ਼ਤਾ ਇਹ ਹੈ, ਕਈ ਬੱਚੇ ਦੂਰੋਂ ਪਿੰਡੋ ਜਿਹੜੇ ਪੇਂਡੂ ਖੇਤਰ ਹੈ ਉਸ ਤੋਂ ਪੜ੍ਹਨ ਇੱਥੇ ਆਉਂਦੇ ਆ,
ਅਤੇ ਉਹਨਾਂ ਲਈ ਸਾਡੇ ਕੋਲ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਹੈ ਔਰ ਅਸੀਂ ਟਾਈਮਿੰਗ ਯੂਨੀਵਰਸਿਟੀ ਦੀਆਂ ਇਸ ਹਿਸਾਬ ਨਾਲ ਰੱਖੀਆਂ ਹਨ ਕਿ ਯੂਨੀਵਰਸਿਟੀ ਤੋਂ ਫਾਰਗ ਹੋ ਕੇ ਬੱਚੇ ਆਪਣੇ ਘਰ ਸਮੇਂ ਸਿਰ ਪਹੁੰਚ ਸਕਣ। ਸਾਡੇ ਕੋਲ ਹੋਸਟਲ ਦੀਆਂ ਮੈਸ ਦਾ ਬੜਾ ਅੱਛਾ ਬੰਦੋਬਸਤ ਹੈ, ਹਰ ਤਰ੍ਹਾਂ ਦੀ ਸਹੂਲਤ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਔਰ ਗਾਹੇ ਬਗਾਹੇ ਵਿਦਿਆਰਥੀਆਂ ਕੋਲੋਂ ਅਸੀਂ ਪੁੱਛਦੇ ਹਾਂ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਈਵਨ ਪੜ੍ਹਾਈ ਲਿਖਾਈ ਜਿਹੜੀ ਗੱਲ ਹੈ ਅਤੇ ਅਸੀਂ ਜਿਹੜੇ ਪ੍ਰੋਗਰਾਮ ਆਪਣੇ ਬਣਾਉਂਦੇ ਹਾਂ ਉਹ ਅਸੀਂ ਨੀਡ ਬੇਸਡ ਬਣਾਉਂਦੇ ਹਾਂ ਕਿ ਵਿਦਿਆਰਥੀਆਂ ਦੀਆਂ ਲੋੜਾਂ ਮੁਤਾਬਕ ਕਾਰਪੋਰੇਟ ਸੈਕਟਰ ਦੇ ਵਿੱਚ ਕਿਹੋ ਜਿਹੇ ਅੱਜ ਕੱਲ੍ਹ ਵਿਸ਼ੇ ਹਨ, ਕਿਹੋ ਜਿਹੀ ਲੋੜ ਹਨ, ਕਿਹੋ ਜਿਹੇ ਮੈਨ ਪਾਵਰ ਦੀ ਲੋੜ ਹੈ, ਉਸ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਵਿਦਿਆਰਥੀਆਂ ਨੂੰ ਤਿਆਰ ਕਰਦੇ ਹਾਂ ਤਾਂ ਕਿ ਇੱਥੋਂ ਉਹ ਜਾ ਕੇ ਅੱਛੀ ਤਰੀਕੇ ਨਾਲ ਪਲੇਸ ਹੋ ਸਕਣ, ਆਪਣਾ ਨਾਂ ਰੋਸ਼ਨ ਕਰ ਸਕਣ, ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰ ਸਕਣ। ਯੂਨੀਵਰਸਿਟੀ ਦਾ ਕੈਂਪਸ ਵੀ ਬਹੁਤ ਹੀ ਸ਼ਾਨਦਾਰ ਹੈ ਅਤੇ ਸਾਫ਼ ਸੁਥਰੇ ਗਰਾਊਂਡਸ ਵੀ ਵਿਦਿਆਰਥੀਆਂ ਲਈ ਬਣਾਏ ਗਏ ਹਨ। ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ MD ਸਰਦਾਰ ਸੁਖਰਾਜ ਸਿੰਘ ਸਿੱਧੂ, ਵਾਈਸ ਚਾਂਸਲਰ ਕਰਨਲ ਡਾਕਟਰ ਭੁਪਿੰਦਰ ਸਿੰਘ ਧਾਲੀਵਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੈਂ ਸੁਖਰਾਜ ਸਿੰਘ ਸਿੱਧੂ, MD ਗੁਰੂ ਪਾਤਸ਼ਾਹੀ ਯੂਨੀਵਰਸਿਟੀ ਤਲਵੰਡੀ ਸਾਬੋ। ਪਿਆਰੇ ਦਰਸ਼ਕੋ, ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੈ ਕਿ ਗੁਰੂ ਪਾਤਸ਼ਾਹੀ ਯੂਨੀਵਰਸਿਟੀ ਵਿੱਚ ਇਸ ਵਾਰ ਦਾਖਲੇ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਰਹੇ ਹਨ ਔਰ ਜਿਹੜੇ ਵਿਦਿਆਰਥੀਆਂ ਨੇ ਦਾਖਲਾ ਲੈ ਲਿਆ ਹੈ ਉਹਨਾਂ ਨੂੰ ਮੈਂ ਸ਼ੁਭ ਇਸ਼ਾਵਾਂ ਦਿੰਦਾ ਹਾਂ ਔਰ ਜਿਹੜੇ ਦੂਸਰੇ ਬੱਚਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਆਪਣਾ ਦਾਖਲਾ ਲੈਣ ਔਰ ਆਪਣਾ ਭਵਿੱਖ ਗੁਰੂ ਪਾਤਸ਼ਾਹੀ ਯੂਨੀਵਰਸਿਟੀ ਵਿੱਚ ਉਜਵਲ ਕਰਨ। ਯੂਨੀਵਰਸਿਟੀ ਦੇ ਵਿੱਚ ਜੀ 12 ਫੈਕਲਟੀਜ਼ ਹਨ, ਜਾਣੀ ਕਿ ਇੱਥੇ 12 ਇੰਡੀਪੈਂਡੈਂਟ ਕਾਲਜ ਹੈ ਜਿਹੜੇ ਉਹ ਚੱਲ ਰਹੇ ਹੈ, ਜਿਵੇਂ ਕਿ ਇੰਜੀਨੀਅਰਿੰਗ ਕਾਲਜ ਹੈ, ਮੈਨੇਜਮੈਂਟ ਕਾਲਜ ਹੈ, ਕੰਪਿਊਟਰ ਐਪਲੀਕੇਸ਼ਨ ਕਾਲਜ ਹੈ, ਫਿਜ਼ੀਕਲ ਐਜੂਕੇਸ਼ਨ ਕਾਲਜ ਹੈ, ਐਗਰੀਕਲਚਰ ਕਾਲਜ ਹੈ, ਉਸ ਤੋਂ ਬਾਅਦ ਐਜੂਕੇਸ਼ਨ ਕਾਲਜ ਹੈ, ਬੇਸਿਕ ਸਾਇੰਸ ਐਂਡ ਹਿਊਮਨਿਟੀਜ਼ ਕਾਲਜ ਹੈ, ਪੈਰਾਮੈਡੀਕਲ ਕਾਲਜ ਹੈ, ਫੈਸ਼ਨ ਟੈਕਨੋਲੋਜੀ ਕਾਲਜ ਹੈ, ਇਹ ਸਾਰੇ ਕਾਲਜ ਇੱਥੇ ਚੱਲ ਰਹੇ ਹੈ ਅਤੇ ਇਸ ਤੋਂ ਬਾਅਦ ਬਹੁਤ ਹੀ ਵਾਈਡਰ ਰੇਂਜ ਦੇ ਉੱਤੇ ਕੋਰਸ ਜਿਹੜੇ ਹੈ ਉਹ ਇੱਥੋਂ ਦੇ ਜਿਹੜੇ ਸਟੂਡੈਂਟਸ ਉਹਨਾਂ ਨੂੰ ਔਫਰ ਕੀਤੇ ਜਾ ਰਹੇ ਹੈ। ਅਤੇ ਪ੍ਰੋ ਵਾਈਸ ਚਾਂਸਲਰ ਪ੍ਰੋਫੈਸਰ ਜਗਪਾਲ ਸਿੰਘ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪ੍ਰੋਫੈਸਰ ਜਗਪਾਲ ਸਿੰਘ, ਪ੍ਰੋ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ, ਅਕਸਰ ਸਾਰੀਆਂ ਵਿੱਦਿਅਕ ਇੰਸਟੀਟਿਊਸ਼ਨਾਂ ਦੇ ਵਿੱਚ 3 ਬਹੁਤ ਵੱਡੇ ਇੰਪੋਰਟੈਂਟ ਫੰਕਸ਼ਨ ਹੁੰਦੇ ਨੇ ਜਿਹੜੇ ਅਕੈਡਮਿਕ ਕੈਲੰਡਰ ਦੇ ਵਿੱਚ ਹੁੰਦੇ ਨੇ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੁੰਦਾ ਉਹ ਸਪੋਰਟਸ ਮੀਟ ਹੁੰਦੀ ਹੈ। ਸਪੋਰਟਸ ਮੀਟ ਤੋਂ ਬਾਅਦ ਜਿਹੜਾ ਸੈਕਿੰਡ ਇੰਪੋਰਟੈਂਟ ਫੰਕਸ਼ਨ ਹੁੰਦਾ ਉਹ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੁੰਦਾ ਅਤੇ ਜਿਹੜਾ 3rd ਹੁੰਦਾ ਉਹ ਕਨਵੋਕੇਸ਼ਨ ਹੁੰਦੀ ਹੈ। ਸਾਡੇ ਅਕਸਰ ਹਰ ਸਾਲ ਇਹ 3 ਫੰਕਸ਼ਨ ਬੜੇ ਇੰਪੋਰਟੈਂਟ ਹੁੰਦੇ ਅਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਮਨਾਉਂਦੇ ਹਾਂ ਇੱਥੇ। ਅਤੇ ਸਾਡਾ ਜਿਹੜਾ ਸਪੋਰਟਸ ਮੀਟ ਹੈ, ਕਿਉਂਕਿ ਸਾਡੀ ਜਿਹੜੀ ਇੱਥੇ ਯੂਨੀਵਰਸਿਟੀ ਦੇ ਵਿੱਚ ਗਰਾਊਂਡ ਆ, 400 ਮੀਟਰ ਦੀ ਗਰਾਊਂਡ ਆ, ਬਹੁਤ ਵੱਡੀ ਗਰਾਊਂਡ ਆ, ਹਾਈਵੇ ਦੇ ਉੱਪਰ ਆ, ਤਾਂ ਸਾਡੀ ਯੂਨੀਵਰਸਿਟੀ ਦੇ ਵਿੱਚ ਗੱਤਕਾ ਕੰਪੀਟੀਸ਼ਨ ਵੀ ਹੋਇਆ ਸੀ। ਆਲ ਇੰਡੀਆ ਇੰਟਰਵਰਸਿਟੀ ਗੱਤਕਾ ਕੰਪੀਟੀਸ਼ਨ 2017 ਫਰਵਰੀ ਦੇ ਵਿੱਚ ਹੋਇਆ ਸੀ। ਨਵੀਂ ਗੇਮ ਸ਼ੁਰੂ ਹੋਈ ਸੀ ਜਿਹੜੀ ਕਿ ਜਿਹਦੇ ਕਿ ਮਾਕਾ ਟਰਾਫੀ ਦੇ ਵਿੱਚ ਇਹਦੇ ਮਾਰਕਸ ਵੀ ਹੁਣ ਸ਼ੁਰੂ ਕੀਤੇ ਗਏ ਨੇ। ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਕੋਰਸਿਸ ਦੀ ਜਾਣਕਾਰੀ ਦਿੰਦਿਆਂ ਡਾਕਟਰ ਵਿਜੇ ਲਕਸ਼ਮੀ ਜੀ ਨੇ ਦੱਸਿਆ ਕਿ ਮੈਂ ਡਾਕਟਰ ਵਿਜੇ ਲਕਸ਼ਮੀ, ਐਡਮਿਸ਼ਨ ਕੋਆਰਡੀਨੇਟਰ ਗੁਰੂ ਕਾਸ਼ੀ ਯੂਨੀਵਰਸਿਟੀ। ਜਿਹੜਾ ਵੀ ਸਾਡੇ ਕੋਲ ਬੱਚਾ ਹੈ, ਜਿਹਨੇ ਵੀ 10th ਕੀਤੀ ਹੈ, 12th ਕੀਤੀ ਹੈ ਜਾਂ ਕੋਈ ਵੀ ਗ੍ਰੈਜੂਏਸ਼ਨ ਕਰਦਾ ਹੈ, ਤਾਂ ਸਾਡੀ ਯੂਨੀਵਰਸਿਟੀ ਦੇ ਵਿੱਚ ਸਾਡੇ ਕੋਲ 12 ਕਾਲਜਿਸ ਅਤੇ 160 ਦੇ ਲਗਭਗ ਸਾਡੇ ਕੋਲ ਕੋਰਸਿਸ ਹੈਗੇ ਹੈ ਜਿਹੜੇ ਕਿ ਕਰਵਾਏ ਜਾਂਦੇ ਹਨ। ਇਹਦੇ ਵਿੱਚ ਜਿਹੜਾ ਸਟੂਡੈਂਟਸ ਹੈ ਆਫਟਰ 10th ਆਉਂਦਾ, ਜੇ ਕੋਈ ਬੱਚਾ ਕੰਪਿਊਟਰ ਸਾਇੰਸ ਦੇ ਵਿੱਚ ਆਪਣੀ ਰੁਚੀ ਰੱਖਦਾ ਹੈ ਤਾਂ ਬੱਚੇ ਦਾ ਅਸੀਂ ਪਹਿਲਾਂ ਇੱਕ ਸਾਈਕੋਲੋਜੀਕਲ ਟੈਸਟ ਲੈਂਦੇ ਹਾਂ। ਉਸ ਦੇ ਬੇਸ 'ਤੇ ਅਸੀਂ ਬੱਚੇ ਨੂੰ ਸੁਜੈਸਟ ਕਰਦੇ ਹਾਂ ਕਿ ਤੂੰ ਕੰਪਿਊਟਰ ਦੀ ਨੈਟਵਰਕਿੰਗ ਲਾਈਨ 'ਚ ਜਾਣਾ ਹੈ, ਡੇਟਾਬੇਸ ਦੀ ਲਾਈਨ ਦੇ ਵਿੱਚ ਜਾਣਾ ਹੈ, ਜਾਂ ਕੋਈ ਐਨੀਮੇਸ਼ਨ ਦੇ ਫੀਲਡ ਦੇ ਵਿੱਚ
ਤੁਹਾਡਾ ਵਧੀਆ ਸਕੋਪ ਹੈਗਾ, ਤੁਸੀਂ ਉਸ ਦੇ ਵਿੱਚ ਜਾ ਸਕਦੇ ਹੋ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ PRO ਪ੍ਰੋਫੈਸਰ ਸੁਖਦਵਿੰਦਰ ਕੌੜਾ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਿਆਰੇ ਦੋਸਤੋ, ਮੈਂ ਪ੍ਰੋਫੈਸਰ ਸੁਖਦਵਿੰਦਰ ਕੌੜਾ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦਾ ਲੋਕ ਸੰਪਰਕ ਅਧਿਕਾਰੀ। ਜਿੱਥੋਂ ਤੱਕ ਕਿ ਵਿਦਿਆਰਥੀਆਂ ਦੀ ਪਹੁੰਚ ਦੀ ਗੱਲ ਹੈ, ਇਕੱਲੇ ਪੰਜਾਬ ਰਾਜ ਦੇ ਵਿਦਿਆਰਥੀ ਇੱਥੇ ਪਹੁੰਚ ਕਰਕੇ ਸਿੱਖਿਆ ਦਾ ਦਾਨ ਪ੍ਰਾਪਤ ਨਹੀਂ ਕਰ ਰਹੇ, ਸਗੋਂ ਇੰਡੀਆ ਦੇ 17-18 ਰਾਜਾਂ ਦੇ ਜਿਹੜੇ ਵਿਦਿਆਰਥੀ ਹੈ ਉਹ ਇੱਥੇ ਪੜ੍ਹਾਈ ਪ੍ਰਾਪਤ ਕਰਨ ਵਾਸਤੇ, ਸਿੱਖਿਆ ਪ੍ਰਾਪਤ ਕਰਨ ਵਾਸਤੇ ਆ ਰਹੇ ਆ। ਜੇਕਰ ਮੈਂ ਹੁਣ ਗੱਲ ਕਰਾਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਹ ਯੂਨੀਵਰਸਿਟੀ ਨਾਮ ਨਾਲ ਖੱਟ ਚੁੱਕੀ ਹੈ। ਸਿਰਫ ਨੇਪਾਲ, ਭੂਟਾਨ, ਸ਼੍ਰੀਲੰਕਾ ਜਾਂ ਸਾਊਥ ਅਫਰੀਕਾ ਵਰਗੇ ਜਿਹੜੀਆਂ ਕੰਟਰੀਜ਼ ਹੈ, ਜਿਹੜੇ ਦੇਸ਼ ਹੈ, ਉੱਥੋਂ ਬੱਚੇ ਪੜ੍ਹਨ ਵਾਸਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਪਹੁੰਚ ਕਰ ਰਹੇ ਆ। ਇਸ ਤੋਂ ਬਾਅਦ ਉੱਚ ਵਿੱਦਿਆ ਦਾ, ਉੱਚ ਸਿੱਖਿਆ ਦਾ ਸਭ ਤੋਂ ਵੱਡਾ ਆਸਪੈਕਟ ਹੁੰਦਾ ਹੈ ਉਹ ਹੁੰਦੀਆਂ ਖੋਜ ਗਤੀਵਿਧੀਆਂ, ਰਿਸਰਚ ਦੇ ਮਾਮਲੇ। ਤਾਂ ਰਿਸਰਚ ਦੇ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ ਦਿਨ ਬਦਿਨ ਤਰੱਕੀ ਕਰ ਰਹੇ ਆ, ਚਾਹੇ ਉਹ ਖੇਤੀਬਾੜੀ ਹੋਵੇ, ਚਾਹੇ ਉਹ ਇੰਜੀਨੀਅਰਿੰਗ ਹੋਵੇ, ਚਾਹੇ ਉਹ ਖੇਡਾਂ ਦੇ ਮਾਮਲੇ ਹੋਣ, ਚਾਹੇ ਉਹ ਕੰਪਿਊਟਰ ਐਪਲੀਕੇਸ਼ਨ ਦੀ ਪੜ੍ਹਾਈ ਹੋਵੇ, ਚਾਹੇ ਉਹ ਫੈਸ਼ਨ ਡਿਜ਼ਾਇਨਿੰਗ ਹੋਵੇ, ਚਾਹੇ ਹੋਟਲ ਮੈਨੇਜਮੈਂਟ ਹੋਵੇ। ਤਾਂ ਵਿਦਿਆਰਥੀ ਹਰ ਵੇਲੇ ਇਹਨਾਂ ਖੋਜਾਂ ਸਦਕਾ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੀਆਂ ਸੁਰਖੀਆਂ ਬਣੇ ਰਹਿੰਦੇ। ਇਸ ਮੌਕੇ 'ਤੇ ਖੇਤੀ ਖੋਜ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਦਲਜੀਤ ਸਿੰਘ ਜੀ ਨੇ ਦੱਸਿਆ ਕਿ ਇੱਕ ਫਸਲ ਹੈ ਕਨੋਆ, ਇਹ ਬਾਥੂ ਦੀ ਫੈਮਿਲੀ 'ਚੋਂ ਹੈ, ਕਿਉਂਕਿ ਇਹ ਸਭ ਤੋਂ ਜ਼ਿਆਦਾ ਨਿਊਟ੍ਰੀਸ਼ੀਅਸ ਆ ਅਤੇ ਇਹਨੂੰ ਖਾਂਦੇ ਆ। ਔਰ ਇਹ ਪੰਜਾਬ ਦੇ ਵਿੱਚ ਨਹੀਂ, ਇਹ ਨੌਰਥ ਇੰਡੀਆ ਦੇ ਵਿੱਚ ਅਸੀਂ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਇਸ ਨੂੰ ਇੱਥੇ ਇੰਟਰੋਡਿਊਸ ਕਰਕੇ ਇਹਦੇ 'ਤੇ ਖੋਜ ਸ਼ੁਰੂ ਕੀਤੀ ਹੈ। ਅੰਤ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਮੈਂ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਟੂਡੈਂਟ ਹਾਂ। ਇੱਥੋਂ ਦਾ ਮਾਹੌਲ ਬਹੁਤ ਵਧੀਆ ਹੈ। ਮੈਂ ਫੈਸ਼ਨ ਟੈਕਨੋਲੋਜੀ ਦੀ ਸਟੂਡੈਂਟ ਹਾਂ। ਇੱਥੇ ਸਾਰੇ ਟੀਚਰਸ ਬਹੁਤ ਵਧੀਆ ਨੇ। ਇੱਥੇ ਪੜ੍ਹਾਈ 'ਚ ਬਹੁਤ ਇੰਟਰਸਟ ਬਣਦਾ ਹੈ ਸਾਰਿਆਂ ਦੇ, ਅਤੇ ਇੱਥੇ ਹੋਸਟਲ ਵੀ ਬਹੁਤ ਵਧੀਆ ਹੈ। ਆਈ ਐਮ ਹਰਪ੍ਰੀਤ ਸਾਰਨ, ਆਈ ਐਮ ਫਰੋਮ ਗੁਰਗਾਓਂ ਐਂਡ ਆਈ ਐਮ ਸਟੱਡਿੰਗ ਇਨ BCA ਫੋਰਥ ਸੈਮ ਐਂਡ ਆਈ ਐਮ ਡੂਇੰਗ ਸੋ ਮੈਨੀ ਐਕਟੀਵਿਟੀਜ਼ ਦੇਅਰ ਇਨ ਮਾਈ ਗੁਰੂ ਕਾਸ਼ੀ ਯੂਨੀਵਰਸਿਟੀ ਐਂਡ ਆਈ ਅਚੀਵ ਸੋ ਮੱਚ ਅਚੀਵਮੈਂਟਸ ਦੇਅਰ ਇਨ ਦ ਯੂਨੀਵਰਸਿਟੀ ਐਂਡ ਆਈ ਲਵ ਇਟ। ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਾਰੀ ਮੈਨੇਜਮੈਂਟ ਵੱਲੋਂ, ਸਾਰੇ ਫੈਕਲਟੀ ਵੱਲੋਂ ਔਰ ਆਪਣੇ ਵੱਲੋਂ ਤੁਹਾਨੂੰ ਸ਼ੁਭ ਇਸ਼ਾਵਾਂ ਔਰ ਚੰਗੇ ਭਵਿੱਖ ਦੀ ਕਾਮਨਾ ਕਰਾਂ।